ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾਂ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 11ਵੀਂ ਪਾਸ ਵਿਦਿਆਰਥੀ ਨੂੰ ਗਿੱਦੜਬਾਹਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਮਹਿਲਾ ਅਧਿਆਪਕ ਵੱਲੋਂ 12ਵੀਂ ਜਮਾਤ ਵਿੱਚ ਦਾਖਲਾ ਦੇਣ ਤੋਂ ਨਾ ਕੇਵਲ ਆਨਾਕਾਨੀ ਕੀਤੀ ਗਈ ਬਲਕਿ ਉਕਤ ਵਿਦਿਆਰਥੀ ਨੂੰ ਪੂਰੀ ਤਰ੍ਹਾਂ ਖੱਜਲ ਖੁਆਰ ਵੀ ਕੀਤਾ ਗਿਆ। ਇੰਨਾ ਹੀ ਨਹੀਂ, ਸਕੂਲ ਦਾ ਪੱਖ ਜਾਣਨ ਲਈ ਸਕੂਲ ਗਏ ਮੀਡੀਆ ਕਰਮੀਆਂ ਨਾਲ ਵੀ ਇਹ ਮਹਿਲਾ ਅਧਿਆਪਕ ਬੜੀ ਹੀ ਤਲੱਕੀ ਅਤੇ ਬੇਰੁਖੀ ਵਾਲੇ ਲਹਿਜੇ ਨਾਲ ਗੱਲਬਾਤ ਕਰਦੇ ਨਜ਼ਰ ਆਈ ਅਤੇ ਇੱਕ ਅਧਿਆਪਕ ਵੱਲੋਂ ਤਾਂ ਮੀਡੀਆ ਕਰਮੀਆਂ ਦੇ ਹੱਥਾਂ 'ਚ ਫੜੇ ਹੋਏ ਮੋਬਾਈਲ ਵੀ ਖੋਹ ਲਏ ਗਏ। ਵੇਖੋ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਵਿਦਿਆਰਥੀ ਪਲਵਿੰਦਰ ਸਿੰਘ ਨੇ ਕੀ ਕਿਹਾ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾਂ ਤੋਂ ਸੋਨੀ ਢੱਲਾਂ ਦੀ ਰਿਪੋਰਟ। ਦੋ ਮਹੀਨਾ ਪਹਿਲਾਂ ਐਡਮਿਸ਼ਨ ਸਰਕਾਰੀ ਬੋਆਇਜ਼ ਸਕੂਲ ਗਿੱਦੜਬਾਹਾ ਵਿਖੇ ਐਡਮਿਸ਼ਨ ਕਰਾਉਣ ਗਿਆ ਸੀ ਅਤੇ ਉੱਥੇ ਮੈਨੂੰ ਟੀਚਰਾਂ ਕਹਿੰਦੀਆਂ ਤੂੰ ਪਹਿਲਾਂ 5 ਕਿਲੋ ਚੰਡੀਗੜ੍ਹ ਆਉਂਦੀ ਮਾਈਗ੍ਰੇਸ਼ਨ ਕਰਾ ਪੰਜਾਬ ਬੋਰਡ ਦੇ ਵਿੱਚ। ਮੈਂ ਮਾਈਗ੍ਰੇਸ਼ਨ ਕਰਾ ਕੇ ਜੀ, ਫਿਰ ਜਦੋਂ ਮਹੀਨੇ ਬਾਅਦ ਟੀਚਰਾਂ ਕੋਲ ਐਡਮਿਸ਼ਨ ਲੈ ਕੇ ਮਾਈਗ੍ਰੇਸ਼ਨ ਦਾ ਫਾਰਮ ਲੈ ਕੇ ਗਿਆ ਅਤੇ ਮੈਨੂੰ ਕਹਿੰਦੀ ਇਹ ਨਹੀਂ ਚੱਲਣਾ। ਮੈਂ ਕਿਹਾ ਮੈਡਮ ਤੁਸੀਂ ਟੀਚਰ ਇੱਕ ਵਾਰੀ ਵੇਖੋ ਮੇਰਾ ਫਾਰਮ ਵੇਖੋ, ਪਰ ਟੀਚਰਾਂ ਨੇ ਮੇਰਾ ਫਾਰਮ ਨਹੀਂ ਵੇਖਿਆ। ਮੈਂ ਸਪੋਰਟਸ ਵਾਲੇ ਦਿਖਾਏ, ਕਹਿੰਦੀ ਅਸੀਂ ਐਡੇ ਵਜੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦਿੰਦੇ ਸਪੋਰਟਸ ਵਾਲਿਆਂ ਨੂੰ। ਮੈਂ ਕਿਹਾ ਮੈਡਮ ਸਪੋਰਟਸ ਵਾਲੇ ਦੇ ਬੱਚੇ ਸਾਨੂੰ ਮੈਨੂੰ ਸਰ ਵੀ ਐਡਮਿਸ਼ਨ ਮਿਲੀ ਸੀ, ਕਹਿੰਦੇ ਤੂੰ ਪ੍ਰਾਈਵੇਟ ਵਿੱਚ ਐਡਮਿਸ਼ਨ ਕਰ ਲੈਣ, ਸਰਕਾਰੀ ਵਿੱਚ ਅਸੀਂ ਐਡਮਿਸ਼ਨ ਨਹੀਂ ਦਿੰਦੇ। ਅਤੇ ਜੀ ਫਿਰ ਮੈਂ ਫਿਰ ਗਿਆ ਇੱਕ ਵਾਰ ਟੀਚਰਾਂ ਕੋਲ ਫਿਰ ਗਿਆ ਅਤੇ ਮੇਰੇ ਨਹੀਂ ਆਖੇ ਲੱਗੇ, ਮੈਡਮ ਮੇਰੀ ਗੱਲਬਾਤ ਨਾ ਸੁਣ, ਕਦੇ ਉੱਧਰ ਜਾਣ ਕਈ ਹੋਰ ਕਲਾਸ ਦੇ ਵਿੱਚ ਜਾਣ। ਅਤੇ ਫਿਰ ਮੈਨੂੰ ਕਹਿੰਦੀ ਅਸੀਂ ਤੇਰਾ ਟੈਸਟ ਲਵਾਂਗੇ, ਜੋ ਸਰਕਾਰ ਵੱਲੋਂ ਕੋਈ ਬੋਰਡ ਨੂੰ ਟੈਸਟ ਨਹੀਂ ਜਾਰੀ ਕੀਤਾ। ਅਤੇ ਮੈਨੂੰ ਕਹਿੰਦੀ ਤੇਰਾ ਟੈਸਟ ਲਵਾਂਗੇ, ਫਿਰ ਇੱਕ ਟੀਚਰ ਨੇ ਕਿਹਾ ਦੂਸਰਿਆਂ ਕਹਿੰਦੀ ਮੈਂ ਵੀ ਟੈਸਟ ਲਵਾਂਗੀ ਤੇਰਾ, ਅਤੇ ਕਹਿੰਦੀ ਟੈਸਟ ਦੇ ਵਿੱਚ ਪਾਸ ਹੋਇਆ ਤੈਨੂੰ ਤਾਂ ਰੱਖਿਆ ਗਿਆ, ਪਰ ਸਰਕਾਰ ਵੱਲੋਂ ਕੋਈ ਟੈਸਟ ਨਹੀਂ ਜਾਰੀ ਕੀਤਾ ਗਿਆ। ਅਤੇ ਫਿਰ ਮੈਨੂੰ ਟੀਚਰਾਂ ਕਹਿੰਦੀਆਂ ਜੇ ਤੇਰੀ ਐਡਮਿਸ਼ਨ ਹੋ ਗਈ ਤਾਂ ਉਹਦਾ ਢੰਗ ਨਾਲ ਰਹੀ, ਇਹਦਾ ਮਤਲਬ ਟੀਚਰਾਂ ਫਿਰ ਮੇਰੇ ਉੱਤੇ ਮੈਨੂੰ ਸਟੱਡੀ ਚੱਜ ਨਾਲ ਨਹੀਂ ਕਰਾਉਣਗੀਆਂ ਅਤੇ ਮੇਰੇ ਉੱਤੇ ਹੀ ਫਿਰ ਪ੍ਰੈਸ਼ਰ ਪਾਉਣਗੀਆਂ। ਅਤੇ ਮੈਂ ਇਹੀ ਮੰਗ ਕਰਦਾ ਜੀ ਮੈਨੂੰ ਸਰਕਾਰੀ ਬੋਆਇਜ਼ ਸਕੂਲ ਦੇ ਵਿੱਚ ਐਡਮਿਸ਼ਨ ਦਿੱਤੀ ਜਾਵੇ, ਪਰ ਜੋ ਮੈਨੂੰ ਨਹੀਂ ਦੇ ਰਹੇ ਉੱਥੇ। ਮੈਂ ਸਪੋਰਟਸ ਵਾਲਾ ਜੀ, ਸਟੇਟ ਨੈਸ਼ਨਲ ਲੈਵਲ ਦੇ ਮੇਰੇ ਰੈਸਲਿੰਗ ਦੇ ਸਰਟੀਫਿਕੇਟ ਹੈਗੇ ਜੀ, ਮੈਂ ਗਿੱਦੜਬਾਹਾ ਵਿਖੇ ਸਪੋਰਟਸ ਕਰਦਾ ਦੀ ਗੇਮ ਕਰਦਾ। ਪਰਵਿੰਦਰ ਸਿੰਘ ਜੀ ਕਿਹੜੀ ਕਲਾਸ ਦੇ ਜਿਹੜੀ ਐਡਮਿਸ਼ਨ ਲੈਣ ਦੀ? ਮੈਂ ਪਲੱਸ ਟੂ ਦੇ ਵਿੱਚ ਐਡਮਿਸ਼ਨ ਲੈਣ ਗਿਆ ਸੀ ਸਰ। ਇਸ ਤੋਂ ਪਹਿਲਾਂ ਕਿਹੜੇ ਬੋਰਡ ਦੇ ਵਿੱਚ? ਇਸ ਤੋਂ ਪਹਿਲਾਂ ਮੈਟ੍ਰਿਕ ਕੀਤੀ ਹੈ ਜਾਂ ਪਲੱਸ 1 ਕੀਤੀ ਹੈ? ਮੈਂ 10th ਆਪਦੀ ਭਾਈ ਮੋਰੀ ਗੁਰੂ ਸਰੋਂ ਪੰਜਾਬ ਬੋਰਡ ਦੇ ਵਿੱਚ ਕੀਤੀ ਹੈ ਅਤੇ ਪਲੱਸ 1 ਮੈਂ CBSE 'ਚ ਕੀਤੀ ਹੈ ਅਤੇ CBSE ਤੋਂ ਬਾਅਦ ਮੈਨੂੰ ਕਹਿੰਦੇ ਮਾਈਗ੍ਰੇਸ਼ਨ ਕਰਾਂ, ਮੈਂ ਮਾਈਗ੍ਰੇਸ਼ਨ ਕਰਾਈ ਫਿਰ ਵੀ ਮੇਰੀ ਐਡਮਿਸ਼ਨ ਨਹੀਂ ਲਿੱਤੀ ਉਹਨਾਂ। ਸਰ ਜਿਹੜਾ ਸਟੂਡੈਂਟ ਨੂੰ ਲੈ ਕੇ ਆ ਵੀ ਸਟੂਡੈਂਟ ਨੂੰ ਐਡਮਿਸ਼ਨ ਨਹੀਂ ਦਿੱਤੀ ਗਈ ਪਲੱਸ 2 ਦੇ ਵਿੱਚੋਂ, ਤਾਂ ਕੀ? ਸਰ ਮੈਨੂੰ ਪਤਾ ਹੀ ਤੁਹਾਡੇ ਕੋਲ ਲੱਗ ਰਿਹਾ ਕਿ ਕੋਈ ਇਸ ਤਰ੍ਹਾਂ ਦਾ ਐਡਮਿਸ਼ਨ, ਕੋਈ ਵੀ ਬੱਚਾ ਮੇਰੇ ਕੋਲ ਅੱਜ ਤੱਕ ਜਿਹੜਾ ਦਫ਼ਤਰ ਪਹੁੰਚਿਆ ਇੱਕ ਵੀ ਬੱਚਾ ਐਸਾ ਨਹੀਂ ਕਿ ਉਮੜਿਆ ਹੋਵੇ ਔਰ ਐਡਮਿਸ਼ਨ ਨਾ ਦਿੱਤੀ ਗਈ। ਸਰ ਕੋਈ ਉਹਦੇ ਲਈ ਇੱਥੇ ਜੋ ਚੱਲ ਰਿਹਾ ਕਿ ਟੈਸਟ ਵਗੈਰਾ, ਬਿਲਕੁਲ ਮੇਰੇ ਵੱਲੋਂ ਕੋਈ ਇੰਸਟਰਕਸ਼ਨ ਨਹੀਂ ਹੈ ਕਿ ਕੋਈ ਟੈਸਟ ਲੈ ਕੇ ਦੇਣਾ, ਕਿਉਂਕਿ ਐਡਮਿਸ਼ਨ ਹਰ ਬੱਚੇ ਦਾ ਰਾਈਟ ਹੈ। ਔਰ ਪਿਛਲੇ ਸਾਲ ਨਾਲੋਂ ਸਾਡੇ ਲਗਭਗ ਡਬਲ ਐਡਮਿਸ਼ਨ ਹੋ ਗਈ ਪਲੱਸ 1 ਵਿੱਚ। ਔਰ 150 ਬੱਚੇ ਪਹਿਲਾਂ ਸਿਰਫ 70 ਸੀਗੇ, ਇਸ ਵਕਤ 150 ਜਿਹੜੇ ਆ ਪਲੱਸ 1 'ਤੇ ਐਡਮਿਸ਼ਨ ਹੋ ਚੁੱਕੇ। ਕਿ ਸਰ ਤੁਹਾਨੂੰ ਜਿਹੜੇ ਤੁਹਾਡੇ ਟੀਚਰ ਹੈਗੇ ਉਹਨਾਂ ਨੇ ਦੱਸਿਆ ਨਹੀਂ ਗਿਆ ਇਸ ਬਾਬਤ ਸਾਰੀ ਗੱਲਬਾਤ? ਨਹੀਂ, ਉਹ ਬੱਚੇ ਟੀਚਰ ਨੇ ਮੈਨੂੰ ਕੋਈ ਇਨਫੋਰਮੇਸ਼ਨ, ਕੱਲ੍ਹ ਮੈਨੂੰ ਸਿਰਫ ਉਹਨਾਂ ਨੇ ਆਪਣੀ ਕਾਰਵਾਈ ਪਾਉਣ ਤੋਂ ਬਾਅਦ ਇੱਕ ਵਟਸਐਪ ਕੀਤਾ ਕਿ ਆਹ ਚੀਜ਼ ਕੋਈ ਬੱਸ ਲੁਕੀ ਦਿੱਤੀ ਗਈ ਹੈ।